ਸੰਨੀ ਸਾਹਿਬ ਪੂਰੇ ਪੰਜਾਬ ਵਿੱਚ ਇੱਕ ਸਕੂਲ ਦਾ ਨਾਂ ਦੱਸ ਦਿਓ ਕਿਹੜੇ ਪਿੰਡ ਤੁਸੀਂ ਨਵਾਂ 5 ਸਾਲਾਂ 'ਚ ਖੋਲਿਆ ਹੈ ਇੱਕ ਹਸਪਤਾਲ ਦੱਸ ਦਿਓ ਇੱਕ ਕਾਲਜ ਦੱਸ ਦਿਓ ਇੱਕ ਧਰਮਸ਼ਾਲਾ ਦੱਸ ਦਿਓ ਇੱਕ ਸ਼ਹਿਰ ਦੱਸ ਦਿਓ ਜਿੱਥੇ ਸੀਵਰੇਜ ਜਾਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਕੀਤਾ ਇੱਕ ਨਹੀਂ ਕੀਤਾ ਇੱਕ ਨਵੀਂ ਕੱਸੀ ਖਾਲੇ ਟਿਊਬਵੈਲ ਕਨੈਕਸ਼ਨ ਇੱਕ ਵੀ ਨਹੀਂ ਜੋ ਕੁਛ ਵੀ ਅੱਜ ਪੰਜਾਬ 'ਚ ਹੋਇਆ ਉਦੋਂ ਹੀ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੇ ਵੀ ਥਰਮਲ ਪਲਾਂਟ ਪੰਜਾਬ 'ਚ ਹੈ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਜਿੰਨੀਆਂ 4 ਤੇ 6 ਲੇਨ ਦੀਆਂ ਸੜਕਾਂ ਪੂਰੇ ਪੰਜਾਬ ਵਿੱਚ ਸਾਰੀਆਂ ਹੀ ਬਾਦਲ ਸਾਹਿਬ ਨੇ ਬਣਾਈਆਂ ਪਿਛਲੀ ਵਾਰ 133 ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਕੀਤਾ ਅਸੀਂ ਇਹਨਾਂ ਨੇ ਤਾਂ ਇੱਕ ਵੀ ਨਹੀਂ ਕੀਤਾ ਅੱਜ ਆਪਣੇ ਵੀਰ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਸੰਗਠਨ ਕਿਸਾਨੀ ਸੰਘਰਸ਼ ਦਾ ਮੁੱਦਾ ਕੀ ਸੀ ਸਭ ਤੋਂ ਪਹਿਲੇ ਮੁੱਦਾ ਸੀ MSP ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ MSP ਨਹੀਂ ਲੱਗਦੀ ਹੁੰਦੀ ਸੀ ਹੁੰਦੀ ਨਹੀਂ ਸੀ MSP 1966 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ ਉਦੋਂ ਦੀ ਸੈਂਟਰ ਦੀ ਹਕੂਮਤ ਨੂੰ ਚੁਕਾ ਕੇ ਪੰਜਾਬ ਹਰਿਆਣੇ ਵਿੱਚ MSP ਲਾਗੂ ਕਰਾਈ ਆ ਦੇਣ ਸ਼੍ਰੋਮਣੀ ਅਕਾਲੀ ਦਲ ਦੀ ਹੈ ਦੂਜੀ ਜਿਹੜੀ ਮੰਗ ਕਿਸਾਨ ਜਥੇਬੰਦੀਆਂ ਦੀ ਤੇ ਆਪਣੇ ਕਿਸਾਨ ਭਰਾਵਾਂ ਦੀ ਕੀ ਆ ਸਾਡੀਆਂ ਮੰਡੀਆਂ ਨਾ ਖਤਮ ਹੋ ਜਾਣ ਜਿੰਨੀਆਂ ਵੀ ਮੰਡੀਆਂ ਪੰਜਾਬ 'ਚ ਬਣੀਆਂ ਸਭ ਤੋਂ ਪਹਿਲੀ ਮੰਡੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਤੇ ਮੈਂ RTA ਤੋਂ ਕਢਾਇਆ 95% ਜਿੰਨੀਆਂ ਮੰਡੀਆਂ ਪੰਜਾਬ 'ਚ ਉਹ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣੀਆਂ ਅੱਜ ਹਾਲਾਤ ਕੀ ਆ ਪੰਜਾਬ ਦੇ ਫੈਸਲਾ ਤੁਸੀਂ ਕਰਨਾ ਆਪਣੀ ਕਿਸਮਤ ਦਾ ਅਗਲੇ 5 ਸਾਲ ਪੰਜਾਬ ਦੀ ਬਾਗਡੋਰ ਕਿਹਨੂੰ ਦੇਣੀ ਹੈ ਜੇ ਆਪਾਂ ਸਹੀ ਫੈਸਲਾ ਕਰਾਂਗੇ 5 ਸਾਲ ਚੰਗੇ ਟੱਪ ਜਾਣਗੇ ਜੇ ਗਲਤ ਫੈਸਲਾ ਕਰ ਲਿਆ 5 ਸਾਲ ਆਪਣੇ ਬਰਬਾਦ ਹੋ ਜਾਣਗੇ ਜਿਵੇਂ 5 ਸਾਲ ਕੈਪਟਨ ਨੇ ਬਰਬਾਦ ਕਰਤੇ ਆਪਣੇ ਹੁਣ ਤੁਹਾਡੇ ਸਾਹਮਣੇ 4 ਪਾਰਟੀਆਂ 4 ਗੱਠਜੋੜ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੂਜੇ ਪਾਸੇ ਕਾਂਗਰਸ ਤੀਜੇ ਪਾਸੇ ਆਮ ਆਦਮੀ ਪਾਰਟੀ ਤੇ ਚੌਥੇ ਪਾਸੇ ਹੁਣ BJP ਤੇ ਸਾਰੇ ਇਕੱਠੇ ਹੋਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਆ 4 'ਚੋਂ ਪੰਜਾਬ ਦੀ ਕਿਹੜੀ ਪਾਰਟੀ ਹੈ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜਦੋਂ ਕੇਜਰੀਵਾਲ ਸਿਆਸਤ 'ਚ ਨਹੀਂ ਸੀ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਸ਼ੁਰੂ ਹੋਇਆ ਉਦੋਂ ਕੇਜਰੀਵਾਲ ਨੂੰ ਪੁੱਛਿਆ ਗਿਆ ਕਿ ਤੂੰ ਸਿਆਸਤ 'ਚ ਆਏਗਾ ਉਹਨੇ ਸੌਂਹ ਖਾ ਕੇ ਕਿਹਾ ਮੈਂ ਨਹੀਂ ਆਉਂਦਾ ਜ਼ਿੰਦਗੀ 'ਚ ਮੈਂ ਤਾਂ ਇਕੱਲੇ ਅੰਦੋਲਨ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਆ ਗਿਆ ਜਦੋਂ ਪਾਰਟੀ ਬਣਾ ਲਈ ਉਹਦੇ ਬਾਅਦ ਪ੍ਰੈਸ ਵਾਲੇ ਨੇ ਪੁੱਛਿਆ ਕਿ ਜੇ ਤੂੰ ਇਲੈਕਸ਼ਨ ਪਹਿਲਾਂ ਲੜ ਰਿਹਾ ਜੇ ਦਿੱਲੀ 'ਚ ਪੂਰੇ MLA ਨਹੀਂ ਆਏ ਕੀ ਤੁਸੀਂ ਕਾਂਗਰਸ ਨਾਲ ਸਮਝੌਤਾ ਕਰੋਗੇ ਕੇਜਰੀਵਾਲ ਨੇ ਆਪਣੇ ਬੇਟਾ ਨਾਲ ਖੜਿਆ ਸੀ ਸਿਰ ਤੇ ਹੱਥ ਰੱਖ ਕੇ ਕਿਹਾ ਭਾਵੇਂ ਸਾਡੇ ਇੱਕ ਨਾ ਜਿੱਤੇ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦੇ ਤੇ ਦਿੱਲੀ ਪਹਿਲੀ ਵਾਰ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾ ਲਈ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜਦੋਂ ਮੈਂ ਮੁੱਖ ਮੰਤਰੀ ਬਣੂੰਗਾ ਮੈਂ ਕੋਈ ਤਨਖਾਹ ਨਹੀਂ ਲਊਂਗਾ ਮੇਰੇ MLA ਕੋਈ ਤਨਖਾਹ ਨਹੀਂ ਲੈਣਗੇ ਅਨਸਾਰ 25,000 ਰੁਪਇਆ ਮਹੀਨੇ ਤਨਖਾਹ ਨੂੰ ਵਧਾ ਕੇ 2,00,000 ਰੁਪਇਆ ਮਹੀਨਾ ਕਰ ਦਿੱਤਾ ਹੁਣ ਚੰਨੀ ਹੁਣ ਇੱਕ ਗੱਲ ਦੱਸੋ ਯਾਰ ਚੰਨੀ ਬਣ ਗਿਆ ਮੁੱਖ ਮੰਤਰੀ ਜੇ ਰੇੜੀ ਤੇ ਖੜੇ ਹੁੰਦਾ ਕਹਿੰਦਾ ਕੀ ਆ ਮੈਂ ਰੇੜੀ ਚਲਾਉਂਦਾ ਹੁੰਦਾ ਸੀ ਜੇ ਕਿਤੇ ਟੈਂਟ ਦੀ ਦੁਕਾਨ ਤੇ ਚੜ੍ਹ ਗਿਆ ਟੈਂਟ ਵੇਚਦਾ ਹੁੰਦਾ ਸੀ ਜਿੱਥੇ ਮਰਜ਼ੀ ਲੈ ਜਾਓ ਬਸ ਮੈਂ ਹੀ ਕਰਦਾ ਹੁੰਦਾ ਸੀ ਹੁਣ ਇਹ ਜਿਹਾ ਜਿਹੜਾ ਕੋਈ ਪਤਾ ਹੀ ਨਹੀਂ ਹੈ ਕੀ ਚੀਜ਼ ਉਹਦਾ ਮੈਨੂੰ ਪਤਾ ਹੀ ਨਹੀਂ ਹੈ ਕੀ ਚੀਜ਼ ਉਹ ਟੈਂਪਰਰੀ ਚਾਰਜ ਦਿੱਤਾ ਜਿਵੇਂ ਨਾ DC ਚਲੇ ਜਾਏ ਤੇ ADC ਨੂੰ ਟੈਂਪਰਰੀ ਚਾਰਜ ਦਿੱਤਾ ਉਹ ਟੈਂਪਰਰੀ ਚਾਰਜ ਹੈ ਜਿੱਥੇ ਜਾਂਦਾ 50 ਲੱਖ 50 ਕਰੋੜ 100 ਕਰੋੜ 20-25,000 ਕਰੋੜ ਦੇ ਐਲਾਨ ਕਰ ਚੁੱਕਾ ਇੱਕ ਮਹੀਨੇ 'ਚ 20-25,000 ਕਰੋੜ ਦੇ ਕੈਪਟਨ ਨੇ ਤਾਂ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਠੱਗੀ ਮਾਰੀ
आ लाना नहीं ठगी मारी जाता जिथे जाता पंजा पच्ची दसो की चाहिए तुम इतने कहो टपूसिया मार तो टपूसिया मार लग जूगा मैं इतने बह के। इस करके अपनी पार्टी छोटी श्रोमणी अकाली दल है राई साहब मना दियो नजारा लिया देंगे अगले पांच साल देखोगे किवें तरक्की। पर भदौड़ वाले मैं एक बेनती करता टोपी वाला तो खड़ा चढ़ाओ दस साल हो गए ठगी मारते थोड़े इन्होंने कुछ नहीं करना आ लारे मास्टर है सब तो वड्डे ठग है आपां देख लिया अपनी मां पार्टी अकाली दल ही है जिउणा मरना थोड़े वास्ते है। वाहिगुरु जी का खालसा वाहिगुरू जी फतेह।